ਸ਼੍ਰੀਕਾਲ ਜੀ ਹਰੇ ਵੀਰਾਂ ਨੂੰ ਅੱਜ ਆਪਾਂ ਚੱਲੇ ਆ ਸੁੱਖੂ ਦੇ ਖੇਤਾਂ ਚ ਉਹ ਕਹਿੰਦਾ ਪਰਫਿਊਮ ਫੋਨ ਵੱਢਣੀ ਆ ਜਾਓ ਨਾਲੇ ਉੱਥੇ ਬਣਾਉਣੇ ਆਪਾਂ ਬਲੌਗ ਦਿਨ ਵੀ ਖਾਸੇ ਲੰਘ ਤਿੰਨ ਚਾਰ ਦਿਨ ਲੰਘ ਬਲਾ ਬਲੌਗ ਆਪਾਂ ਨੇ ਕੋਈ ਪਾਇਆ ਨਹੀਂ ਹੁਣ ਜਾ ਕੇ ਪਾਉਂਦੇ ਆ ਨਾਲੇ ਦਿਖਾਉਂਦੇ ਆ ਸਾਨੂੰ ਚਲੋ ਜੀ ਮਿਲਦੇ ਆ ਅੱਗੇ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਸੁੱਖੂ ਦੇ ਖੇਤਾਂ ਵਿੱਚ ਤੇ ਸਾਨੂੰ ਖੇਤ ਦਿਖਾਉਂਦੇ ਆ ਤੇ ਉਹ ਸੁੱਖੂ ਦਾ ਰਿਹਾ ਘਰ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਉਹ ਆ ਜੀ ਸੁੱਖੂ ਦਾ ਘਰ ਜਿੱਥੇ ਉਹ ਮੀਟਰ ਜਿਹੇ ਲੱਗੇ ਹੋਏ ਆ ਨਾ ਉਹਦੇ ਇੱਧਰ ਗੇਟ ਆ ਉਹ ਸੁੱਖੂ ਦਾ ਘਰ ਆ ਤੇ ਆਹ ਸੁੱਖੂ ਦੇ ਖੇਤ ਨੇ ਜੀ ਆਹ ਸੁੱਖੂ ਦੀ ਬਰਫੀਨ ਜੀ ਉਹ ਸੁੱਖੂ ਦੀ ਜਿਹੜੀ ਬਰਫੀਨ ਜੀ ਖਰਾਬ ਹੋਈ ਤੀ ਵੜਤੀ ਇਹਨੇ ਸਾਰੀ ਹਨਾ ਕਰਤੀ ਸਾਫ਼ ਹੈ ਸੁੱਖੂ ਦੀ ਬਰਫੀਨ ਦਾ ਰੰਗ ਉੱਡ ਗਿਆ ਤਾ ਜੀ ਧੁੱਪਾਂ ਨੇ ਡਾਹਤਿਆ ਤਾ ਉਹ ਸੁੱਖੂ ਦਾ ਬਾਬਾ ਵੱਢ ਰਿਹਾ ਜੀ ਕੱਖ ਤੇ ਇੱਧਰ ਸੁੱਖੂ ਦੀ ਹਜਾ ਵੀ ਸੁੱਖੂ ਨੇ ਖੇਤ ਵੀ ਬਾਤ ਆ ਓਏ ਨਾਲ ਦੀ ਨਾਲ ਕੱਖ ਕੁੱਖ ਹੋਣੇ ਤੇ ਉਦਣ ਹੀ ਇੱਕ ਦਿਨ ਪਹਿਲਾਂ ਹੀ ਸੁੱਖੂ ਦੀ ਜਵੀ ਵੀ ਚੋਰੀ ਹੋ ਗਈ ਤੀ ਪਤਾ ਨੀ ਕੌਣ ਕਰ ਲੈ ਗਿਆ ਜਿਹੜਾ ਵੀ ਭਾਈ ਸੁੱਖੂ ਦੀ ਜਵੀ ਚੋਰੀ ਕਰਕੇ ਲੈ ਗਿਆ ਹੁਣ ਮੋੜ ਜਵੇ ਲਓ ਜੀ ਆਪਾਂ ਚੱਲੇ ਆ ਸੁੱਖੂ ਦੀ ਚੋਰੀ ਦੇਖਣ ਦੇਖੀਏ ਉਧਰ ਕਹਿ ਕੋ ਬੀਜਿਆ ਵਾ ਕਿ ਨਹੀਂ ਮਤਲਬ ਲੱਗਦਾ ਨੀ ਹੋਰ ਇਹਨੇ ਕੋਈ ਬੀਜਿਆ ਚਲੋ ਮਿਲਦਾ ਹੀ ਅੱਗੇ ਚੋਈ ਕੋਲ ਜਾ ਕੇ ਆ ਹੈਗਾ ਜੀ ਸੁੱਖੂ ਦੇ ਖੇਤ ਉਹ ਤੱਕ ਖੰਬਿਆਂ ਤੱਕ ਖੰਬੇ ਦੋ ਡੋਲ ਡੋਲ ਐ ਬਣਾ ਕੇ ਰੱਖੀ ਸੁੱਖੇ ਨੇ ਸਾਫ਼ ਕਹੇ ਔਖ ਨੀ ਹੋਣ ਦਿੰਦਾ ਹੈ ਸਪਰੇਹ ਕਰਕੇ ਰੁੱਕੇ ਰੱਖਦਾ ਡੋਲਾਂ ਤੇ ਵੀ ਆਹ ਸੁੱਖੂ ਦੀ ਕਣਕ ਹੀ ਦੇਖ ਲਓ ਬੱਲਾਂ ਆ ਗਈਆਂ ਬੱਲਾਂ ਹੱਡੇ ਨਾਲੋਂ ਹਾਂ ਹੱਡੇ ਨਾਲ ਤਾਂ ਬਾਦਮਾਂ ਬੀਜੀ ਤੀ ਬਾਦਮਾਂ ਤੇ ਅੱਜ ਪੁੱਛਦੇ ਜੀ ਉਰੇ ਕਣਕ ਇਸ ਵਾਰ ਕੱਤ ਨਹੀਂ ਬੀਜੀ ਚੋਈ ਚ ਤੇ ਉਹ ਘਰਾਂ ਆਪਣੀ ਕੱਖਾਂ ਵਾਲੀ ਰੇਹੜੀ ਨੂੰ ਲੈਣ ਗਿਆ ਹੋਇਆ ਹਜੇ ਤੱਕ ਆਇਆ ਤਾਂ ਹੈ ਨੀ ਚਲੋ ਚੱਲਦੇ ਵਾਪਿਸ ਪੰਜ ਸੱਤ ਕੁਇੰਟਲ ਹੋਏ ਨੇ ਚੋਵੀ ਮਾਹ ਤੇ ਜੇ ਬੀਜੀ ਵੀ ਹੁੰਦੀ ਉਹ ਆ ਗਿਆ ਜੀ ਸੁੱਖੂ ਆਪਣੀ ਰੂਬੀ ਕੌਣ ਤੇ ਰੇਹੜੀ ਲੈ ਆਇਆ ਕੱਖਾਂ ਵਾਲੀ ਹੈ ਮੁੰਡਾ ਪਰਨਾ ਪਰਨਾ ਬੰਨ ਕੇ ਘੰਟੇ ਚ ਹੋ ਗਿਆ ਲੋਰ ਲੂਰ ਪਾ ਕੇ ਹੈਲੋ ਕਰਦੇ ਆਪਣੇ ਵੀਰ ਨੂੰ ਚਲ ਆਇਆ ਪੁੱਤ ਹੁਣ ਵੱਢ ਬਰਫੀਨ ਲਾ ਢੇਰੀਆਂ ਅੱਛਾ ਠੰਡਾ ਹੀ ਫੜ ਲਿਆਂਦਾ ਹਨਾ ਬਾਈ ਦੋ ਲੀਟਰ ਵਾਲੀ ਕੋਕ ਫੜ ਲਿਆਂਦਾ ਹਨਾ ਬਾਈ ਹੋਰ ਕਿਆ ਆਇਆ ਹੁਣ ਉਤਰੇ ਆ ਮੰਨੋ ਦੇ ਦੇ ਪੈਸੇ ਮੋਟਰਸਾਈਕਲ ਲੈ ਗਾ ਮੇਰੇ ਕੋਲ ਪੈਸਿਆਂ ਤਾਂ ਬੜੀ ਛੁੱਟੀ ਆ ਆਪਣੇ ਕੋਲ ਛੁੱਟੀ ਉਹ ਅੱਜ ਐਤਵਾਰ ਹੈ ਲਓ ਜੀ ਆ ਗਿਆ ਪੁੱਛੀਏ ਇਹਨੂੰ ਚੋਈ ਚ ਕਰਦੇ ਨੀ ਕਣਕ ਲਈ ਇਸ ਵਾਰੀ ਟਰੈਕਟਰ ਨਹੀਂ ਦਾ ਜੀ ਇਹਦੀ ਬਾਕੀ ਆ ਕਣਕ ਵੀ ਤਾਂ ਬੀਜੀ ਹੋ ਹੈ ਆ ਕਿਰਾਏ ਪਾ ਬੀਜੀ ਉੱਥੇ ਵੀ ਬੀਜਵਾ ਲੈਂਦਾ ਕਿ ਮੰਨਿਆ ਨੀ ਕੋਈ ਕਿਰਾਏ ਪਾ ਉੱਥੇ ਮੰਨਿਆ ਨੀ ਅੱਛਾ ਚਲ ਆ ਜਾ ਫਿਰ ਵੱਢ ਪਰ ਸੀਨ ਚਲ ਆ ਜਾ ਤੈਨੂੰ ਉਹ ਦਿਖਾਉਂਦਾ ਨਾ ਉਰੇ ਆ ਤੈਨੂੰ ਮੈਂ ਦਿਖਾਉਂਦਾ ਦੱਸਦਾ ਦੇ ਹਾਈ ਫੁੱਖੂ ਦੀ ਕਹਿੰਦਾ ਅੱਜ ਜਵੀ ਮੇਰੀ ਫੇਰ ਵੱਢ ਲੈ ਗਿਆ ਕੋਈ ਹੁਣ ਪਤਾ ਨੀ ਲੱਗਦਾ ਇੱਥੇ ਕਿਹਨੇ ਵੱਡੀ ਕਿਹਨੇ ਨਹੀਂ ਹਾਂ ਦੱਸ ਕਿੱਧਰ ਨੂੰ ਵੱਡੀ ਵੀ ਉਹ ਸਾਹਮਣੇ ਵਾਲੀ ਆਹਾ ਛੋਟੀ ਪੰਡੋਕਲੀ ਲੈ ਗਿਆ ਕੋਈ ਚੱਲ ਕੋਈ ਨੀ ਦਾਨ ਕਰ ਦੇ ਕਰ ਇੰਨਾ ਕੁ ਤਾਂ ਠੀਕ ਨੀ ਆਹੀ ਇੱਥੇ ਤੇ ਬਰਫੀ ਆਹਾ ਵੱਢ ਲੇਗਾ ਜਵੀ ਕੋਈ ਅੱਜ ਫੇਰ ਇੱਕ ਦਿਨ ਪਹਿਲਾਂ ਵੀ ਵੱਡੀ ਵੀ ਤੀ ਪਤਾ ਲੱਗਦਾ ਨੀ ਕੌਣ ਕਿਆ ਹੋਇਆ ਉਦਣ ਕਹਿੰਦਾ ਨੀ ਪਾਈ ਵੀਡੀਓ ਕੱਖ
ਮੈਨੂੰ ਨਹੀਂ ਲੱਗਦੀ ਯਾਰ ਪਤਾ ਨਹੀਂ ਕਾਹਦੇ ਵਿਹਲਾ ਮੈਂ ਪੜਦੇ ਪੜਦੇ ਕੱਖ ਸਾਰਾ ਮੈਕਸੀਮਮ ਪਾਰਟੀ ਲੱਗਣੀ ਪੜ ਦੂ ਮੈਂ ਫਿਰ ਤਾਂ ਮੰਨਣਾ ਨਹੀਂ ਵੀ ਛੁੱਟੀ ਆ ਬਈ ਮੇਰੀ ਮੇਤੇ ਤਾਂ ਨਹੀਂ ਪਵਣੇ ਕਰ ਲਾ ਯਾਰ ਅੱਜ ਮੈਕਸੀਮਮ ਪਾਰਟੀ ਓਕੇ ਪੱਕਾ ਬਲੌਗ ਮਾ ਗਏ ਨਾ ਕਰੀ ਨਾ ਸ਼ਾਮ ਨੂੰ ਸ਼ਾਮ ਨੂੰ ਬਾਈ ਜੇ ਪਾਰਟੀ ਕਰੂਗਾ ਬਲੌਗ ਮੈਂ ਐਡ ਕਰ ਦੇਣਾ ਜੇ ਨਾ ਕਰੀ ਉੱਥੇ ਇਹਦੀ ਵੀਡੀਓ ਬਣਾਉਣੀ ਸ਼ਾਮ ਨੂੰ ਵੀ ਇਹਨੇ ਕਰੀ ਨਹੀਂ ਠੀਕ ਹੈ ਚੱਲ ਲੈ ਬਾਈ ਓਕੇ ਹੁਣ ਦੇਖਦੇ ਹਾਂ ਸ਼ਾਮ ਨੂੰ ਇਹਦਾ ਆਹ ਲਓ ਜੀ ਚੋ ਕੱਟਤਾ ਕੱਖ ਸਾਰਾ ਲਸਾਂ ਚੋ ਤੇ ਹੁਣ ਲੱਗੀ ਹੈ ਬਰਸੀਨ ਵੱਢਣ ਕਿਆ ਖਾਧਿਆ ਵੱਜ ਕਿਆ ਖਾਧਿਆ ਵੱਜ ਕੁਝ ਨਹੀਂ ਮੱਕੀ ਦੇ ਪਰੌਂਠੇ ਨਾ ਉਹਦੇ ਆਲੂ ਦੇ ਪਰੌਂਠੇ ਅੱਛਾ ਲਓ ਜੀ ਆਪਣੀ ਫਿਊਚਰ ਪਲੈਨਿੰਗ ਬਣ ਰਹੀ ਉਰੇ ਕਹਿੰਦੇ ਗਰਮੇ ਗਰਮੀਆਂ ਅੰਬ ਥੱਲੇ ਕੱਢਾਂਗੇ ਸਾਰੀਆਂ ਆ ਕਰ ਲੈਣਾ ਉਰੇ ਸਾਫ ਸੂਫ ਮੰਜੇ ਡਾ ਕੇ ਉਰੇ ਲਿਟਾਂਗੇ ਹੈ ਮੋਟਰ ਵਾਲੇ ਵੀ ਬਣਾਉਣਾ ਹੈ ਨਾ ਹੈ ਮੋਟਰ ਵਾਲੇ ਵੀ ਬਣਾਉਣਾ ਕਹਿੰਦੇ ਉਰੇ ਮੋਟਰ ਵੀ ਲਾ ਦੇਣੀ ਬੜਾ ਜੱਠਾ ਓਕੇ ਰਿਪੋਰਟ ਹੋ ਜਾਣਾ ਕੰਮ ਪਵਨ ਦਾ ਡੈਡੀ ਕਹਿੰਦਾ ਜੀ ਉਰੇ ਤੁਹਾਨੂੰ ਬੋਰ ਬੋਰ ਕਰਾ ਕੇ ਦਊਂਗੇ ਕਹਿੰਦਾ ਵੀ ਤੁਸੀਂ ਬਾਬਣਾ ਨਹਾਉਣੇ ਨੂੰ ਮੇਰਾ ਕੰਮ ਤੁਸੀਂ ਕਰਨਾ ਆ ਜਗ੍ਹਾ ਖਾਹੀ ਆ ਓਏ ਪੱਕਾ ਲੱਗ ਗਈ ਮੁੰਡੇ ਪਰਸੀ ਚ ਪਵਨ ਆਪਕੋ ਕੈਸਾ ਫੀਲ ਹੋ ਰਹਾ ਹੈ ਪਵਨ ਜੀ ਆਪਕੋ ਕੈਸਾ ਫੀਲ ਹੋ ਰਹਾ ਹੈ ਲਓ ਜੀ ਬਰਸੀਨ ਵੱਢਣੀ ਕਰਤੀ ਸਟਾਰਟ ਮੁੰਡੇ ਨੇ ਆਹ ਫਰਾਟੇਦਾਰ ਬਰਸੀਨ ਵੱਢਦਾ ਪੂਰੀ ਧੂੜ ਕੱਢ ਕੇ ਰੱਖ ਲੈਂਦਾ ਬਰਸੀਨ ਦਾ ਕੱਖ ਕੁੱਖ ਵੱਢਣੇ ਮੁੰਡਾ ਬਹੁਤ ਤੇਜ਼ ਹੈ ਸੰਪਰਕ ਕਰੋ ਜੀ ਨੇ ਬਸ ਸ਼ਾਮ ਨੂੰ ਪੂਰੀ ਅੱਪ ਦੀ ਪਾਰਟੀ ਹੋਣੀ ਹੈ ਬਾਈ ਨੂੰ ਸ਼ਾਮ ਨੂੰ ਪੀਆ ਇੱਕ ਖਿਲਾ ਦਿਓ ਜਿੰਨੇ ਮਰਜ਼ੀ ਕੱਖ ਬਣਾਈ ਜਾ ਕੋਈ ਚੱਕਰ ਨਹੀਂ ਹੈ ਇੱਕ ਪੀਆ ਨਾਲ 2 ਲੀਟਰ ਵਾਲੀ ਕੋਕ ਬਹੁਤ ਹੈ ਬਰਗਰ ਵੀ ਚਲ ਇੱਕ ਬਰਗਰ ਹੀ ਹੋ ਗਈ 35-40 ਵਾਲਾ 250 ਦਾ ਕੰਮ ਹੈ ਹੈਨਾ ਸਸਤਾ ਹੁੱਕ ਕੰਮ ਤੇਰਾ ਯਾਰੀ ਦੋਸਤੀ ਆਂਦੀਆਂ ਨਹੀਂ ਯਾਰੀ ਦੋਸਤੀ ਫੇਰ ਕਹਿੰਦੀਆਂ ਆਪਣੀਆਂ ਆ ਮੁੰਡਾ ਹੀ ਗਾਣੇ ਲਾ ਕੇ ਵੱਡੇ ਕਰਦਾ ਕੱਖ ਲਓ ਜੀ ਮੁੰਡੇ ਕਹਿੰਦੇ ਪਾਰਟੀ ਕਰਨ ਲੱਗੇ ਆ ਮਾਝਾ ਚੱਕੀ ਫਿਰਦੇ ਆ ਮੁੰਡੇ ਵੱਲੋਂ ਅੱਜ ਪਾਰਟੀ ਕੀਤੀ ਜਾਂਦੀ ਆ ਕਹਿੰਦਾ ਸ਼ਾਮ ਵਾਲੀ ਹੁਣੀ ਲੈ ਲਓ ਕਦੋਂ ਦੀ ਵੇਟ ਕਰ ਰਿਹਾ ਕਹਿੰਦਾ ਕੋਈ ਠੰਡਾ ਠੁੰਡਾ ਲੈ ਕੇ ਆਵੋਗੇ ਥੱਕ ਗਿਆ ਵਿਚਾਰਾ ਕੱਖ ਵੱਢ ਵੱਢ ਕੇ ਬੜੇ ਸੁਸਤੀਏ ਬੈਠੇ ਜੇ ਹੇ ਭਾਈ ਬੜੇ ਸੁਸਤੀਏ ਬੈਠੇ ਜੇ ਬੜੇ ਸੁਸਤੀਏ ਬੈਠੇ ਜੇ ਦਾਤੀ ਵਿਚਾਰੇ ਦੀ ਇਹ ਪਈ ਮੁੰਡਾ ਉਹ ਵੀ ਕਰਾ ਕੇ ਕਿਆ ਕਰਾ ਕੇ ਡੀਟਨ 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 ਕਰਾ ਕੇ ਆਇਆ ਮੁੰਡਾ ਕਹਿੰਦਾ ਧੁੱਪ ਨਾਲ ਡੀਟਨ ਹੋ ਜਾਂਦੀ ਹੈ ਲਓ ਜੀ ਮੱਝਾਂ ਲਿਆ ਪਾ ਮੁੰਡਿਆਂ ਨੇ ਤੇ ਲੱਗੀ ਹੈ ਹੁਣ ਪੀਣ ਖਾਲੀ ਕਰਤੀ ਬੋਤਲ ਤੇ ਸੁੱਖਾ ਕਹਿੰਦਾ ਹੁਣ ਮੇਰੇ ਚ ਪਾਵਰ ਆ ਗਈ ਕਹਿੰਦਾ ਹੁਣ ਦੇਖਿਓ ਬਰਸੀਨ ਦੇ ਭਰੋਸੇ ਮਚਾਉਂਦਾ ਹੈ ਮੈਂ ਕਿਹਾ ਨਾ ਪਵਨੇ ਨੇ ਸਾਰੀ ਮਾਰਨੀ ਕਹਿੰਦਾ ਖੰਡਾ ਖੰਡਾ ਕੇ ਢੇਰ ਲਾ ਦੇਣੇ ਕਹਿੰਦਾ ਮੱਝੇ ਰਜਾ ਦੇਣੀਆਂ ਕਹਿੰਦਾ ਅੱਜ ਤੈਨੂੰ ਮਾਝਾ ਪਿਲਾ ਤਿਆ ਹੋ ਗਿਆ ਹੋ ਗਿਆ।
ਫੜਾਇਆ ਦਾਤੀ ਦਾਤੀ ਪਤਾ ਨਹੀਂ ਕਿੱਥੇ ਬੈਠੀ ਬੈਠਾ ਉਹ ਦਾਤੀ ਕਿੱਥੇ ਗਈ ਤੇਰੀ ਓ ਭਾਈ ਆ ਭਾਈ ਦਾਤੀ ਮਰੇ ਅਰ ਆ ਭਾਈ ਆ ਦੇਖੋ पल्ली च पा दिए सारा हुण बरसीन चक बाड़िए फिर दो कल पेर गिर गया उत्थे पंड लेके ਇਹ ਬੰਦੇ ਨੂੰ ਪੰਡ ਨਹੀਂ ਚੱਕਣੀ ਆਉਂਦੀ ਅੱਜ ਤੱਕ ਇਹਨੂੰ ਪੰਡ ਨਹੀਂ ਚੱਕਣੀ ਪੰਡ ਚੱਕ ਕੇ ਨਾ ਫੁੜਕਦੇ ਹੀ ਫਿਰੀ ਜਾਂਦੇ ਨੇ ਉਹ ਰੇੜੀ ਤੱਕ ਜਾਣਾ ਹੁੰਦਾ ਉੱਥੇ ਖੜੀ ਸਾਰੇ ਡੋਲਾ ਹੀ ਭੱਜਦੇ ਹੀ ਫਿਰੀ ਜਾਂਦਾ ਛੋੜੀ ਪੰਡੋਕਲੀ ਹੁੰਦੀ ਨਾਲੇ ਇਹਦੇ ਪਾ ਇਹ ਲੋ ਜੀ ਪੰਡ ਲਈ ਚੱਕ ਪੰਡ ਚੱਕਣ ਦਾ ਸਟਾਈਲ ਦੇਖੋ ਬੰਦੇ ਦਾ ਤੱਕੇ ਦਾ ਮੂੰਹ ਦੇਖਿਓ ਕਿਆ ਬਣ ਜਾਣਾ ਚੱਕ ਲਿਆ ਚੱਕ ਲਿਆ ਸੁੱਖ ਵਰਜੀ ਵੱਧ ਹੋਏ ਆਪਣੀ ਰੇੜੀ ਵੱਲ ਹੈ ਫੀਡੇ ਇੱਥੇ ਉਹ ਆ ਕੇ ਕੱਢਿਆ ਵਿੱਚ ਨੂੰ ਬਰਫੀਂਡ ਦੇ ਇਹ ਖੜੀ ਆਪਣੀ ਰੇੜੀ ਕੱਖਾਂ ਵਾਲੀ ਰੁੱਬੀ ਕੌਣ चलो डफू वाले ते बनवाई भी आनंदपुर कलोड़ चल पवन लेके चल रेडी सुखा ग्राम लगे उधर स्टंट हुण होया तैयार तार तार अगे कणकनी नूं पहले जा बिच नूं नहीं सुखा तौर लगे डोल पाण हुण चल वो तौर ले गया चला ले गया चला ले गया कहना मुड़ा डोल पा चला ले गया जी मोटरसाइकिल नूं ਸਾਂਭ ਰੈਡੀ ਹੁਣ ਬਥੇਰਾ ਹੀ ਚਲਾ ਲਿਆ ਤਾ ਮੋਟਰਸਾਈਕਲ ਬੈਠੋ ਰੈਡੀ ਤੇ ਹਾਂ ਸ਼ਾਬਾਸ਼ ਲੋ ਜੀ ਹੁਣ ਲੈ ਚੱਲਿਆ ਆਪਣੀ ਰੈਡੀ ਤੇ ਆਪਾਂ ਕਰਦੇ ਹਾਂ ਵਲੋਗ ਦੀ ਸਮਾਪਤੀ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਬਾਏ ਟਾਟਾ